ਕਬੀਰ ਸਿੰਘ ਬਾਦਲ ਅੱਜ ਫਲੋਰ ਦੇ ਵਿੱਚ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀ ਕਹਿ ਰਹੇ ਆ, ਆਓ ਸੁਣਦੇ ਆ। ਸਟੇਜ ਤੇ ਬਿਰਾਜਮਾਨ ਸਮੁੱਚੀ ਫਲੋਰ ਹਲਕੇ ਦੀ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ, ਫਲੋਰ ਹਲਕੇ ਤੇ ਕੋਨੇ ਕੋਨੇ ਤੋਂ ਆਏ ਦੋਨੋਂ ਪਾਰਟੀਆਂ ਦੇ ਬਹਾਦਰ ਵਰਕਰ ਸਾਹਿਬਾਨ, ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ, ਜੈ ਭਾਰਤ। ਥੋੜੇ ਦਿਨ ਪਹਿਲੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਪਰਮਾਤਮਾ ਕੋਲੇ ਚਲੇ ਗਏ। ਉਹਨਾਂ ਦਾ ਜੀਵਨ 95 ਸਾਲ ਦੀ ਉਮਰ ਸੀ, 95 ਸਾਲਾਂ ਵਿੱਚੋਂ 70 ਸਾਲ ਪੰਜਾਬੀਆਂ ਦੀ ਸੇਵਾ ਕੀਤੀ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਬਣ ਕੇ, ਸਰਪੰਚ ਬਣ ਕੇ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣ ਕੇ, ਚੇਅਰਮੈਨ ਬਣ ਕੇ, MLA ਬਣ ਕੇ, MP ਬਣ ਕੇ, 5 ਵਾਰ ਮੁੱਖ ਮੰਤਰੀ ਬਣ ਕੇ ਗਰੀਬ ਕਿਸਾਨ ਮਜ਼ਦੂਰ ਦੀ ਸੇਵਾ ਕੀਤੀ। 1947 ਵਿੱਚ ਦੇਸ਼ ਆਜ਼ਾਦ ਹੋਇਆ, 1966 ਵਿੱਚ ਪੰਜਾਬ ਬਣਿਆ। ਜਦੋਂ 1966 ਵਿੱਚ ਪੰਜਾਬ ਬਣਿਆ ਉਦੋਂ ਪਿੰਡਾਂ ਵਿੱਚ ਬਿਜਲੀ ਨਹੀਂ ਸੀ, ਇੱਕ ਪਿੰਡ ਦੂਜੇ ਪਿੰਡ ਨਾਲ ਸੜਕ ਨਹੀਂ ਸੀ, ਪੀਣ ਵਾਲਾ ਪਾਣੀ ਨਹੀਂ ਸੀ, ਨਹਿਰੀ ਪਾਣੀ ਨਹੀਂ ਸੀ, ਮੰਡੀਆਂ ਨਹੀਂ ਸੀ। ਮੈਨੂੰ ਯਾਦ ਹੈ ਜਦੋਂ ਮੈਂ ਉਦੋਂ ਤਕਰੀਬਨ 8-9 ਸਾਲ ਦਾ ਸੀ, ਜਦੋਂ ਪਹਿਲੀ ਵਾਰ ਬਾਦਲ ਸਾਹਿਬ 1970 ਵਿੱਚ ਚੀਫ ਮਿਨਿਸਟਰ ਬਣੇ। ਉਦੋਂ ਬਾਦਲ ਪਿੰਡ ਤੋਂ ਬਠਿੰਡੇ ਤੱਕ ਸੜਕ ਨਹੀਂ ਸੀ, ਟਿੱਬੇ ਹੁੰਦੇ ਸੀ। ਬਠਿੰਡੇ ਤੋਂ ਭੁੱਚੋ ਤੱਕ ਸੜਕ ਨਹੀਂ ਸੀ, ਟਿੱਬੇ ਹੁੰਦੇ ਸੀ, ਚਾਰੋਂ ਤਰਫ ਟਿੱਬੇ। 1970 ਵਿੱਚ ਬਾਦਲ ਸਾਹਿਬ ਪਹਿਲੀ ਵਾਰ ਚੀਫ ਮਿਨਿਸਟਰ ਬਣੇ ਤੇ ਨਵਾਂ ਪੰਜਾਬ ਬਣਾਉਣਾ ਸ਼ੁਰੂ ਕੀਤਾ। ਮੈਨੂੰ ਯਾਦ ਹੈ ਜਦੋਂ ਪਹਿਲੀ ਵਾਰ ਚੀਫ ਮਿਨਿਸਟਰ ਬਣੇ ਉਦੋਂ ਸਾਈਕਲ ਤੇ ਟੈਕਸ ਲੱਗਦਾ ਹੁੰਦਾ ਸੀ, ਇਹਨਾਂ ਨੇ ਟੈਕਸ ਮਾਫ ਕੀਤਾ। ਟਰੈਕਟਰ ਤੇ ਟੈਕਸ ਲੱਗਦਾ ਸੀ, ਟਰੈਕਟਰ ਮਾਫ ਕੀਤਾ। ਫਿਰ ਪਿੰਡਾਂ ਵਿੱਚ ਫੋਕਲ ਪੁਆਇੰਟ ਬਣਾਉਣੇ ਸ਼ੁਰੂ ਕੀਤੇ, ਮੰਡੀਆਂ ਬਣਾਉਣੀਆਂ ਸ਼ੁਰੂ ਕੀਤੀਆਂ। 1970 ਤੋਂ ਅੱਜ ਤੱਕ 20-25 ਸਾਲ ਮੁੱਖ ਮੰਤਰੀ ਰਹੇ ਤੇ ਇਹਨਾਂ 20-25 ਸਾਲਾਂ 'ਚ ਹੀ ਉਹਨਾਂ ਪੰਜਾਬ ਤਰੱਕੀ ਹੋਈ। ਉਹਨਾਂ ਨੇ ਪੰਜਾਬ ਵਿੱਚ ਬਿਜਲੀ ਸਰਪਲਸ ਕੀਤੀ, ਜਿੰਨੇ ਵੀ ਥਰਮਲ ਪਲਾਂਟ ਅੱਜ ਪੰਜਾਬ 'ਚ ਹੈ ਸਾਰੇ ਹੀ ਬਾਦਲ ਸਾਹਿਬ ਨੇ ਬਣਾਏ। ਆ ਜਿੰਨੀਆਂ ਸੜਕਾਂ 4 ਤੇ 6 ਲੇਨ ਦੀਆਂ ਸਾਰੀਆਂ ਹੀ ਬਾਦਲ ਸਾਹਿਬ ਦੀਆਂ ਸਰਕਾਰਾਂ ਦੌਰਾਨ ਬਣੀਆਂ। ਏਅਰਪੋਰਟ ਉਦੋਂ ਬਣੇ, ਖੇਤੀ ਦੀ ਤਰਫ ਉਹਨਾਂ ਦਾ ਪੂਰਾ ਧਿਆਨ ਸੀ, ਗਰੀਬ ਨੂੰ ਕੋਈ ਮੁਸ਼ਕਲ ਨਾ ਆਏ ਉਹ ਹਰ ਯਤਨ ਕਰਦੇ ਸੀ। ਖੇਤ ਕਿਸਾਨ ਨੂੰ ਖੜਾ ਕਰਨ ਵਾਸਤੇ ਉਹਨਾਂ ਨੇ ਟਿਊਬਵੈਲਾਂ ਦੇ ਬਿੱਲ ਮਾਫ ਕੀਤੇ, ਨਹਿਰਾਂ ਬਣਾਈਆਂ, ਕੱਸੀਆਂ ਬਣਾਈਆਂ, ਅੰਡਰਗਰਾਊਂਡ ਪਾਈਪਾਂ ਦਾ ਪਾਣੀ ਸਿਸਟਮ ਸ਼ੁਰੂ ਕੀਤਾ ਤੇ ਪੱਕੇ ਖਾਲੇ ਬਣਾਏ। ਜਾਇਜ਼ਾ ਸਿਸਟਮ ਪੰਜਾਬ 'ਚ ਹੈ, ਹੋਰ ਕਿਸੇ ਸੂਬੇ 'ਚ ਨਹੀਂ, ਸਾਰੇ ਬਾਦਲ ਸਾਹਿਬ ਨੇ ਬਣਾਏ। ਗਰੀਬ ਨੂੰ ਮੁਸ਼ਕਲ 'ਚੋਂ ਕੱਢਣ ਤੋਂ ਉਹਨਾਂ ਨੇ ਆਟਾ ਦਾਲ ਦੀ ਸਕੀਮ ਲਿਆਂਦੀ, ਸ਼ਗਨ ਦੀ ਸਕੀਮ ਲਿਆਂਦੀ। ਪਹਿਲੇ ਬਜ਼ੁਰਗਾਂ ਨੂੰ ਪੰਜਾਬ 'ਚ ਨਹੀਂ ਦੇਸ਼ ਵਿੱਚ ਪੈਨਸ਼ਨ ਨਹੀਂ ਮਿਲਦੀ। ਜੇ ਮੈਂਸ਼ਨ ਪਹਿਲੀ ਵਾਰ ਦੇਸ਼ ਪੈਨਸ਼ਨ ਮਿਲਣ ਲੱਗੀ ਉਸ ਦਾ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸ਼ੁਰੂ ਕੀਤੀ, ਉਹਦੇ ਬਾਅਦ ਚੌਧਰੀ ਦੇਵੀ ਲਾਲ ਜੀ ਨੇ ਹਰਿਆਣੇ ਸ਼ੁਰੂ ਕੀਤੀ। 200 ਯੂਨਿਟ ਬਿਜਲੀ ਦੇ ਮਾਫ਼ ਕੀਤੇ ਤੇ ਜਿਹੜੀ ਵੱਡੀ ਗੱਲ ਕੀਤੀ, SC ਬੱਚਿਆਂ ਨੂੰ, ਬਾਦਲ ਸਾਹਿਬ ਦਾ ਫੈਸਲਾ ਸੀ ਕਿ ਮੈਂ SC ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਉਣਾ। 5 ਲੱਖ ਬੱਚਿਆਂ ਨੂੰ ਅਸੀਂ ਹਰ ਸਾਲ ਪੜ੍ਹਾਉਂਦੇ ਸੀ ਮੁਫ਼ਤ, SC ਪਰਿਵਾਰਾਂ ਦੇ। ਬੜਾ ਦੁੱਖ ਹੈ ਜਦੋਂ ਸਰਕਾਰ ਆਪਣੀ ਗਈ, ਸਕਾਲਰਸ਼ਿਪ ਵੀ ਬੰਦ, ਆਟਾ ਦਾਲ ਦੇ ਕਾਰਡ ਵੀ ਕੈਂਸਲ, ਸ਼ਗਨ ਮਿਲ ਨਹੀਂ ਰਿਹਾ, ਪੈਨਸ਼ਨਾਂ ਵੀ ਕੱਢ ਦਿੱਤੀਆਂ। ਅੱਜ ਹਾਲਾਤ ਕੀ ਬਣ ਗਏ? ਜੇ ਮੈਂ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦਾ ਜੀਵਨ ਦੇਖਾਂ, ਉਹਨਾਂ ਦੀ ਸਿਆਸਤ ਜੋ ਚੀਫ ਮਿਨਿਸਟਰ ਹੁੰਦੇ ਉਦੋਂ ਦਾ ਮਾਹੌਲ ਦੇਖਾਂ, ਇੱਕ ਤਾਂ ਉਹ ਸੈਕੂਲਰ ਸੀ, ਮਤਲਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ, ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਪਰਿਵਾਰ ਸਮਝਦੇ,
सारे धर्मां दे पवित्र दिहाड़े वह आप आके मनाउंदे कल्या नहीं सारे धर्मां दे पवित्र स्थान उन्होंने को अपने आप सेवा समझ के उन्होंने खूबसूरत बनाया। भगवान वाल्मीकि जी का पवित्र स्थान राम तीर्थ जाके देखो कितना खूबसूरत बादल साहब ने बनाया। गुरु रविदास जी महाराज का स्थान करालगढ़ बड़ा वधिया प्लानिंग करके काम शुरू बड़ी चंगी पद्धर से किया पर सरकार चली गई थी उत्थे ही बंद हो गया। दुर्गियाना मंदिर बड़ा 200 करोड़ रुपये लाके दुर्गियाना मंदिर अमृतसर बनाया। दरबार साहब की चारों तरफ सेवा की थी। पूरी कौम दी विरसा संभालिया। मेरे कोले कोई लोग आए ते जिक्र करन लगे ते मैनू कह रहे सी कि जे तुसी चंडीगढ़ तो चल पो जलंधर तक जलंधर तो चले जाओ पठानकोट तक अमृतसर चले जाओ बठिंडे तक जे दोनों पासे सड़कां दे देखो जो जो चीज बनी है उदों ही बनी है जदों श्रोमणी अकाली दल की सरकार ते साहब प्रकाश सिंह जी बादल मुख्यमंत्री। पिछले 10 दिन संस्कार तो बाद जदों मैं घरे सी पंजाब दे कोने कोने तो संगतां दुख सांझा करन वास्ते आउंदियां कई लोकां ने अपनियां कहानियां दसियां कि उहनां नाल बादल साहब दे की रिश्ते सी किवें उहनां ने बादल साहब ने उहनां दी की मदद कीती। मैं इन्ना कह सकदा पंजाब दा कोई ऐजा पिंड नहीं होना जिथे साहब प्रकाश सिंह जी बादल आप ना गए होण। संगत दर्शन राही उह जनता विच रहिंदे सी। मैनूं लगदे कल्ले मुख्यमंत्री है पूरे हिंदुस्तान विच जिन्हां ने संगत दर्शन प्रोग्राम शुरू किया। मतलब संगत दर्शन दा सी कि जे मुख्यमंत्री संगत विच बैठूगा ते मुश्किलां समझ आ जाणियां नहीं तां मुख्यमंत्री जो बन जांदे है वह कल्ले सरकार वास्ते बनदे है सेवा करन वास्ते नहीं। साहब प्रकाश सिंह जी बादल ने जिहड़ा नारा दिता सी कि राज नहीं सेवा सही मने ते मैं इसलिए नहीं कह रहा कि मेरे पिता सन इसलिए कह रहा कि उन्होंने नाल रह के बड़ा सीखे असी जिवें वह प्यार करते सी जिवें वह जनता च बह के तकलीफा हल करते सी छोटी छोटी गल्लां नू लैके हल करना चाहते सी। मैनू याद है एक बार कैबिनेट की मीटिंग सी कैबिनेट की मीटिंग सी तलवंडी साबो तो आए सी आन सार उन्होंने कहा कि अज तो असी एक नवी स्कीम चलाउन लगे हैं कहिंदे मुख्यमंत्री तीर्थ यात्रा ते असी पुछया वो क्यों किवें जदों सवेरे उह तख श्री मत्था टेकन गए तलवंडी साबो दो बजुर्ग माइयां आईयां वह माइयां ने बादल साहब नूं मिलियां ते कहन लगियां कि साढ़े कोले कोई साधन नहीं पर साडा मन है कि अपने पवित्र अवस्थान तीर्थ स्थानां ते जाके असी नमस्कार कर सकीए हजूर साहब जा सकीए या बनारस जा सकीए। सो बादल साहब ने उदों ही फैसला किया कि मुख्यमंत्री तीर्थ यात्रा फिर ट्रेना चलातियां भावें बनारस जाना होए भावें हजूर साहब के दर्शन करने होन जिथे 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 आस्था है क्योंकि वह छोटी छोटी गल्लां समझते सी। एक उन्हां दी वड्डी गल सी वह किते लारे नहीं लाउंदे सी झूठ नहीं बोलते सी। तुसी देखोगे सार बादल ने जो जो कहा तुसी पुरानियां स्पीचां देख लो उन्होंने पूरा किया। जड़ियां दूजियां पार्टियां आईयां कहंदियां कुछ जदों सरकार बन जाती है फिर बदल जाते हैं
ਮੇਰੇ ਪਿਤਾ ਬਾਦਲ ਸਾਹਿਬ ਨੇ ਮੈਨੂੰ ਇੱਕ ਗੱਲ ਕਹੀ, ਕਿਹਾ ਸੁਖਬੀਰ ਜ਼ਿੰਦਗੀ ਵਿੱਚ ਓਨਾ ਹੀ ਵਾਅਦਾ ਕਰੀ ਜਿੰਨਾ ਪੂਰਾ ਕਰ ਸਕੇ, ਕਿਉਂਕਿ ਸਿਆਸਤਦਾਨ ਜਿਹੜਾ ਵਾਅਦਾ ਪੂਰਾ ਨਹੀਂ ਕਰਦਾ ਲੋਕੀ ਉਹਦੇ ਤੇ ਵਿਸ਼ਵਾਸ ਨਹੀਂ ਕਰਦੇ। ਪੰਜ ਵਾਰ ਮੁੱਖ ਮੰਤਰੀ ਬਣਨਾ ਉਹ ਇਨਸਾਨ ਬਣ ਸਕਦਾ ਜਿਹਦੇ ਤੇ ਜਨਤਾ ਵਾਰ ਵਾਰ ਵਿਸ਼ਵਾਸ ਰੱਖਦੀ ਹੈ। ਉਹਨਾਂ ਦੀ ਕਮੀ ਬਹੁਤ ਮਹਿਸੂਸ ਹੋ ਰਹੀ ਹੈ, ਕਿਉਂਕਿ ਉਹ ਭਾਵੇਂ ਬਜ਼ੁਰਗ ਸੀ ਪਰ ਜਦੋਂ ਘਰੇ ਬੈਠੇ ਕੋਈ ਵੀ ਸਮੱਸਿਆ ਆਉਂਦੀ ਅਸੀਂ ਉਹਨਾਂ ਕੋਲ ਜਾਂਦੇ, ਸਲਾਹ ਲੈਂਦੇ ਅਤੇ ਸਾਨੂੰ ਸਹੀ ਰਾਹ ਪਾਉਂਦੇ। ਅਤੇ ਅੱਜ ਸਾਰੀ ਜ਼ਿੰਮੇਵਾਰੀ ਸਾਰੀ ਪੂਰੀ ਪਾਰਟੀ ਦੀ ਸੰਭਾਲਣੀ ਬਹੁਤ ਔਖੀ ਹੈ। ਮੈਂ ਭੋਗ ਤੇ ਸਮਾਗਮ 'ਚ ਵੀ ਮੈਂ ਕਿਹਾ ਸੀ, ਮੈਂ ਕੋਸ਼ਿਸ਼ ਕਰੂੰਗਾ ਕਿ ਜੇ ਸੋਚ ਲੈ ਕੇ ਬਾਦਲ ਸਾਹਿਬ ਨੇ ਪੰਜਾਬ ਨੂੰ ਅੱਗੇ ਲੈ ਕੇ ਗਏ, ਜਿਸ ਤਰੀਕੇ ਨਾਲ ਬਾਦਲ ਸਾਹਿਬ ਨੇ ਸੇਵਾ ਕੀਤੀ, ਜਿਵੇਂ ਸਾਰੇ ਵਰਗ ਦੇ ਲੋਕਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਰੱਖਿਆ, ਉਹੀ ਤਰੀਕੇ ਨਾਲ ਮੈਂ ਵੀ ਚੱਲਾਂਗਾ ਤਾਂ ਸਮੁੱਚੀ ਪਾਰਟੀ ਵੀ ਚੱਲੇਗੀ। ਪੰਜਾਬ ਤਾਂ ਅੱਗੇ ਵੱਧ ਸਕਦਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ, ਭਾਈਚਾਰਕ ਸਾਂਝ ਰਹੇ। ਕਈ ਅਜਿਹੀਆਂ ਪਾਰਟੀਆਂ ਉਹ ਭਰਾਵਾਂ ਨੂੰ ਲੜਾ ਕੇ ਫਾਇਦਾ ਲੈ ਕੇ ਵੋਟਾਂ ਲੈਣਾ ਚਾਹੁੰਦੀਆਂ। ਸ਼੍ਰੋਮਣੀ ਅਕਾਲੀ ਦਲ ਦੀ ਸੋਚ ਹੈ ਭਰਾਵਾਂ ਨੂੰ ਇਕੱਠੇ ਰੱਖਣਾ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀਆਂ ਦੋਨੋਂ ਹੀ ਪੰਜਾਬ ਦੀਆਂ ਪਾਰਟੀਆਂ। ਬਹੁਜਨ ਸਮਾਜ ਪਾਰਟੀ ਦਾ ਜਨਮ ਵੀ ਪੰਜਾਬ 'ਚ ਹੋਇਆ। ਬਾਬੂ ਕਾਂਸ਼ੀ ਰਾਮ ਜੀ ਨੇ, ਜਿਵੇਂ ਬਾਦਲ ਸਾਹਿਬ ਨੇ ਪਿੰਡ ਪਿੰਡ ਜਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕੀਤਾ, ਉਵੇਂ ਬਾਬੂ ਕਾਂਸ਼ੀ ਰਾਮ ਜੀ ਨੇ ਪਿੰਡ ਪਿੰਡ ਗਲੀ ਗਲੀ ਜਾ ਕੇ ਬਹੁਜਨ ਸਮਾਜ ਨੂੰ ਇਕੱਠਾ ਕਰਕੇ ਇੱਕ ਅਜਿਹੀ ਪਾਰਟੀ ਬਣਾਈ ਜਿਹੜੀ ਪੰਜਾਬ ਤੋਂ ਚੱਲ ਕੇ ਪੂਰੇ ਹਿੰਦੁਸਤਾਨ 'ਚ ਫੈਲ ਗਈ ਹੈ। ਮੈਨੂੰ ਯਾਦ ਹੈ ਜਿਹੜਾ ਪਹਿਲੀ ਵਾਰ ਗੜਜੁੜ ਹੋਇਆ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ, ਪਾਰਲੀਮੈਂਟ ਦਾ ਇਲੈਕਸ਼ਨ ਸੀ, 13 ਸੀਟਾਂ ਵਿੱਚੋਂ 11 ਸੀਟਾਂ ਆਪਾਂ ਗੜਜੋੜ ਜਿੱਤਿਆ। ਬਾਬੂ ਕਾਂਸ਼ੀ ਰਾਮ ਜੀ ਹੁਸ਼ਿਆਰਪੁਰ ਤੋਂ MP ਬਣੇ, ਉਦੋਂ ਮੈਂ ਫਰੀਦਕੋਟ ਤੋਂ MP ਬਣਿਆ। ਅਤੇ ਮੈਂ ਕਹਿ ਸਕਦਾ ਆ ਦੋਨੋਂ ਪਾਰਟੀਆਂ ਜ਼ਮੀਨ ਨਾਲ ਜੁੜੀਆਂ ਹੋਈਆਂ ਪਾਰਟੀਆਂ, ਦੋਨੋਂ ਪਾਰਟੀਆਂ ਦੇ ਵਰਕਰ ਬੜੇ ਹਿੰਮਤੀ ਹੈ। ਜੇ ਦੋਨੋਂ ਪਾਰਟੀਆਂ ਦੇ ਵਰਕਰ ਇਕੱਠੇ ਹੋ ਕੇ ਲੱਗ ਜਾਣ, ਕੋਈ ਕਿੰਨਾ ਮਰਜ਼ੀ ਵੱਡਾ ਤੂਫਾਨ ਆ ਜਾਏ, ਕਿੱਡੀ ਵੱਡੀ ਚੁਣੌਤੀ ਆ ਜਾਏ, ਤੁਸੀਂ ਕਾਮਯਾਬ ਹੋਵੋਗੇ। ਮੈਂ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਕਰਦਾ, ਦੇਖੋ ਡਾਕਟਰ ਸੁੱਖੀ ਜੀ ਬੜੇ ਲਾਇਕ ਨੇਕ ਇਨਸਾਨ ਹੈ, ਜੇ ਤੁਸੀਂ ਉਮੀਦਵਾਰ ਦੇਖ ਲਓ ਇਹਨਾਂ ਦੇ ਮੁਕਾਬਲੇ ਕੋਈ ਹੋਰ ਨੇੜੇ ਤੇੜੇ ਵੀ ਨਹੀਂ ਹੈ। ਅੱਜ ਲੋੜ ਹੈ ਦੇਸ਼ ਵਿੱਚ ਪਾਰਲੀਮੈਂਟ ਵਿੱਚ ਇਹੋ ਜਿਹੇ ਲੋਕਾਂ ਨੂੰ ਭੇਜਣਾ ਜਿਨ੍ਹਾਂ ਦਾ ਰੈਪੂਟੇਸ਼ਨ ਚੰਗੀ ਹੈ, ਜਿਹੜੇ ਦਿਲੋਂ ਸੇਵਾ ਕਰਨ ਵਾਲੇ ਲੋਕ ਹੈ। ਜੇ ਇਹੋ ਜਿਹੇ ਲੋਕ ਜਿਤਾਵਾਂਗੇ ਫਿਰ ਇਹਨਾਂ ਨੂੰ ਦੇਖ ਕੇ ਹੋਰ ਚੰਗੇ ਲੋਕ ਸਿਆਸਤ 'ਚ ਆਉਣਗੇ। ਮੈਂ ਦੋਨੋਂ ਵਰਕਰ ਦੀ ਵਰਕਰ ਸਭਾ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ, ਸੱਚੀ ਸ਼ਰਧਾਂਜਲੀ ਆਪਣੇ ਨੇਤਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਹੋਊਗੀ ਕਿ ਆਪਾਂ ਇਕੱਠੇ ਹੋ ਕੇ ਉਹਨਾਂ ਦਾ ਸੁਪਨਾ ਪੂਰਾ ਕਰੀਏ, ਸ਼੍ਰੋਮਣੀ ਅਕਾਲੀ ਦਲ BSP ਦੇ ਗੜਜੋੜ ਨੂੰ ਤਕੜਾ ਕਰੀਏ। ਅਤੇ ਆਹ ਜਿਹੜੀ ਜੰਗ ਹੈ, ਆਹ ਜੰਗ ਤੁਸੀਂ ਜਿਤਾ ਦਿਓ, ਆ ਇੱਕ ਸੱਚੀ ਸ਼ਰਧਾਂਜਲੀ ਉਹਨਾਂ ਨੂੰ ਹੋਊਗੀ। ਮੈਂ ਜ਼ਿਆਦਾ ਨਹੀਂ ਕੁਛ ਕਹਿਣਾ ਚਾਹੁੰਦਾ, ਮੈਂ ਆਹੀ ਬੇਨਤੀ ਕਰਨਾ ਚਾਹੁੰਦਾ, 2-3 ਦਿਨ ਰਹਿ ਗਏ ਹੈ, ਸਾਰੇ ਵਰਕਰ ਸਭਾ ਨੂੰ ਬਹੁਤ ਹਿੰਮਤੀ ਤੁਸੀਂ ਹੋ। ਆਹ ਜਿਹੜੀ ਮੈਂ ਤੁਹਾਡੀ ਸੀਟ ਫਲੋਰ ਹੈ, ਆਹ ਇੱਕ ਇਹੋ ਜਿਹੀ ਸੀਟ ਹੈ ਜੇ ਇੱਥੇ ਆਪਾਂ ਦੋਨੋਂ ਤਕੜੇ ਹੋ ਕੇ ਲੱਗ ਜਾਈਏ, ਘਰ ਘਰ ਫੈਲ ਜਾਈਏ, ਘੱਟ ਤੋਂ ਘੱਟ 25-30 ਹਜ਼ਾਰ ਦੀ ਲੀਡ ਤਾਂ ਇਕੱਲੀ ਫਲੋਰ ਤੋਂ ਹੀ ਆ ਸਕਦੀ ਹੈ। ਅੱਜ ਦਾ ਜੋਸ਼ ਦੇਖ ਕੇ ਮੈਂ ਕਹਿ ਸਕਦਾ, ਇੰਨੀ ਗਰਮੀ ਤੁਸੀਂ ਬਗੈਰ ਤੰਬੂ ਤੇ ਤੁਸੀਂ ਬੈਠੇ ਹੋ, ਮੈਂ ਕਹਿ ਸਕਦਾ ਕਿ ਆਪਾਂ ਸਾਰੇ ਮਜ਼ਬੂਤੀ ਨਾਲ
अपने दो दिन मेहनत करके अपनी उम्मीदवार को जितावे। थोड़ा सारिया का बहुत बहुत धन्यवाद। फतेह अस करदा वाहिगुरु जी का खालसा वाहिगुरु जी की फतेह।